ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਐਚ ਐਸ ਮੈਨਰੋ ਹਰਬਲ ਪਲਾਂਟਸ ਦੇ ਵਿੱਚ ਇੱਕ ਵਾਰੀ ਤੁਹਾਡਾ ਫਿਰ ਸਵਾਗਤ ਹੈ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਐਲੋਵੇਰੇ ਦੇ ਬਾਰੇ। ਐਲੋਵੇਰੇ ਤੋਂ ਜੂਸ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ਉਹ ਮੈਂ ਅੱਜ ਤੁਹਾਨੂੰ ਦੱਸੂਗਾ। ਸਭ ਤੋਂ ਪਹਿਲਾਂ ਤਾਂ ਇੱਕ ਐਲੋਵੇਰੇ ਦਾ ਆਪਾਂ ਨੂੰ ਫਰੈਸ਼ ਲੀਫ ਚਾਹੀਦਾ। ਚੰਗੀ ਤਰ੍ਹਾਂ ਉਹਨੂੰ ਵਾਸ਼ ਕਰ ਲਵੋ। ਵਾਸ਼ ਕਰਕੇ ਉਹਨੂੰ ਇਸ ਤਰ੍ਹਾਂ ਖੜ੍ਹੀ ਪੋਜੀਸ਼ਨ ਦੇ ਵਿੱਚ ਅੱਧੇ ਪੌਣੇ ਘੰਟੇ ਲਈ ਰੱਖ ਦਵੋ ਤਾਂ ਕਿ ਉਸ ਦੇ ਵਿੱਚੋਂ ਇੱਕ ਸਲਾਈਵਾ ਤਰ੍ਹਾਂ ਦਾ, ਇੱਕ ਲਾਰ ਟਪਕਦੀ ਹੈ ਯੈਲੋ ਕਲਰ ਦਾ ਇੱਕ ਪਦਾਰਥ ਨਿਕਲਦਾ। ਆਹ ਦੇਖੋ ਜਿਹੜਾ ਯੈਲੋ ਯੈਲੋ ਤੁਸੀਂ ਦੇਖ ਰਹੇ ਹੋ, ਇਹ ਜਿਹੜਾ ਹੈਗਾ ਆਪਣੇ, ਆਹ ਤੁਸੀਂ ਯੈਲੋ ਯੈਲੋ ਦੇਖ ਰਹੇ ਹੋ, ਹੈ ਨਾ, ਇਹ ਜਿਹੜਾ ਹੈਗਾ ਸਰੀਰ ਲਈ ਬਹੁਤ ਹਾਰਮਫੁੱਲ ਹੈ। ਦੋਸਤੋ, ਐਲੋਵੇਰਾ ਬਹੁਤ ਹੀ ਲਾਹੇਵੰਦ ਹੁੰਦਾ ਸਰੀਰ ਦੇ ਲਈ। ਇਸ ਦੇ ਵਿੱਚ ਵਿਟਾਮਿਨ ਬਹੁਤ ਪਾਏ ਜਾਂਦੇ ਹਨ। ਵਿਟਾਮਿਨ ਈ ਬੜੀ ਮਾਤਰਾ ਦੇ ਵਿੱਚ ਹੈ, ਵਿਟਾਮਿਨ ਸੀ ਬਹੁਤ ਭਰਪੂਰ ਮਾਤਰਾ ਦੇ ਵਿੱਚ ਹੈ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਆਇਰਨ, ਮੈਗਨੀਸ਼ੀਅਮ ਅਤੇ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ ਜਿਹੜੇ ਆਪਣੇ ਸਰੀਰ ਦੇ ਲਈ ਲਾਹੇਵੰਦ ਹਨ। ਦੋਸਤੋ, ਜੈੱਲ ਬਣਾਉਣ ਦੇ ਲਈ ਇਸ ਦੇ ਲੀਫ ਨੂੰ ਤੁਸੀਂ ਛਿੱਲ ਲਵੋ, ਉੱਪਰੋਂ ਇਹਦਾ ਛਿਲਕਾ ਜਿਹੜਾ ਹੈਗਾ ਉਹਨੂੰ ਹਟਾ ਦਵੋ। ਛਿਲਕਾ ਚੰਗੀ ਤਰ੍ਹਾਂ ਹਟਾ ਕੇ ਜਿਹੜੇ ਕੰਡਿਆਂ ਵਾਲਾ ਸਾਈਡ ਤੋਂ ਹੈ ਉਹਨੂੰ ਇਸ ਤਰ੍ਹਾਂ ਕਟਿੰਗ ਮਾਰ ਦਵੋ। ਬੜੇ ਪਿਆਰ ਨਾਲ ਇਹਨੂੰ ਛਿੱਲ ਲਵੋ। ਗ੍ਰੀਨ ਪਾਰਟ ਨਾ ਰਹਿ ਪਾਵੇ ਜੈੱਲ ਦੇ ਵਿੱਚ, ਨਹੀਂ ਤਾਂ ਉਹ ਕੌੜਾ ਹੋ ਸਕਦਾ ਹੈ। ਦੋਸਤੋ, ਆਹ ਦੇਖੋ ਇਸ ਤਰ੍ਹਾਂ ਇਹਨੂੰ ਛਿੱਲ ਕੇ ਆਪਾਂ ਇਹਦਾ ਜਿਹੜਾ ਹੈਗਾ ਜੈੱਲ ਕਲੈਕਟ ਕਰ ਲਵਾਂਗੇ। ਆਹ ਜੈੱਲ ਜਿਹੜਾ ਤੁਸੀਂ ਦੇਖ ਰਹੇ ਹੋ ਆ ਰਿਹਾ। ਦੋਸਤੋ, ਜੈੱਲ ਜਦੋਂ ਕਲੈਕਟ ਕਰ ਲਿਆ ਉਸ ਤੋਂ ਬਾਅਦ ਕਰਨਾ ਕੀ ਹੈ, ਆਪਾਂ ਨੇ ਇੱਕ ਕਟੋਰੀ ਦੇ ਵਿੱਚ ਸਾਫ਼ ਪਾਣੀ ਲੈ ਕੇ ਜੈੱਲ ਨੂੰ ਵਾਸ਼ ਕਰ ਲੈਣਾ ਹੈ। ਜੈੱਲ ਨੂੰ ਵਾਸ਼ ਕਰਨ ਤੋਂ ਬਾਅਦ ਤਾਂ ਕਿ ਜਿਹੜਾ ਇਹਦਾ ਕੁੜੱਤਨ ਪਨ ਹੈ ਉਹ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗਾ ਵਾਸ਼ ਕਰਨ ਤੋਂ ਬਾਅਦ। ਵਾਸ਼ ਕਰਨ ਤੋਂ ਬਾਅਦ ਕਰਨਾ ਕੀ ਹੈ, ਮਿਕਸੀ ਦੇ ਵਿੱਚ ਇਸ ਨੂੰ ਤੁਸੀਂ ਮਿਕਸ ਕਰ ਲੈਣਾ। ਮਿਕਸ ਕਰਨ ਤੋਂ ਬਾਅਦ ਆਹ ਇਸ ਤਰ੍ਹਾਂ ਦਾ, ਮੈਂ ਦੇਖੋ ਪਹਿਲਾਂ ਹੀ ਬਣਾ ਕੇ ਰੱਖਿਆ ਮਿਕਸੀ ਦੇ ਵਿੱਚ, ਆਹ ਇੱਦਾਂ ਦਾ ਆਪਣੇ ਕੋਲ ਜੈੱਲ ਤਿਆਰ ਹੋ ਜਾਵੇਗਾ। ਦੋਸਤੋ, ਇਸ ਦੇ ਵਿੱਚ ਤੁਸੀਂ ਇੱਕ ਨਿੰਬੂ ਐਡ ਕਰ ਸਕਦੇ ਹੋ ਲੋੜ ਅਨੁਸਾਰ। ਇਸ ਦੇ ਵਿੱਚ ਸੰਤਰੇ ਦਾ ਜੂਸ ਵੀ ਪਾ ਸਕਦੇ ਹੋ। ਉਸ ਦੇ ਨਾਲ ਕੀ ਹੋਏਗਾ, ਜਿਹੜਾ ਇਸਦਾ ਕੌੜਾਪਨ ਹੈ ਉਹ ਖਤਮ ਹੋ ਜਾਵੇਗਾ ਅਤੇ ਜਿਹੜੀ ਇਸਦੀ ਲਾਈਫ ਹੈ ਉਹ ਵੱਧ ਜਾਵੇਗੀ। ਦੋਸਤੋ, ਇਸ ਤਰ੍ਹਾਂ ਬਣਾ ਕੇ ਆਪਾਂ ਇਸ ਨੂੰ ਫਰਿੱਜ ਦੇ ਵਿੱਚ ਰੱਖ ਸਕਦੇ ਹਾਂ। 10-12 ਦਿਨ ਆਸਾਨੀ ਨਾਲ ਰਹਿ ਸਕਦਾ, ਜ਼ਿਆਦਾ ਲੰਬਾ ਸਮਾਂ ਵੀ ਰਹਿ ਜਾਂਦਾ। ਅਤੇ ਦੋਸਤੋ, ਇਹ ਪੇਟ ਲਈ ਬਹੁਤ ਵਧੀਆ ਦਵਾਈ ਹੈ ਅਤੇ ਆਪਾਂ ਫੇਸ 'ਤੇ ਵੀ ਲਾ ਸਕਦੇ ਹਾਂ। ਪਿੰਪਲਸ ਦੀ ਪ੍ਰੋਬਲਮ ਹੈ ਉਹ ਵੀ ਦੂਰ ਹੋਏਗੀ। ਫੇਸ ਨੂੰ ਇਹ ਕਲੀਨ ਵੀ ਕਰਦਾ, ਠੀਕ ਹੈ। ਅਤੇ ਇਸ ਨੂੰ ਤੁਸੀਂ ਸਵੇਰੇ 2-4 ਚਮਚੇ ਤਾਜ਼ੇ ਪਾਣੀ ਦੇ ਵਿੱਚ ਪਾ ਕੇ ਪੀਓ ਅਤੇ ਆਪਣਾ ਜਿਹੜਾ ਵਜ਼ਨ ਵੀ ਘਟਾ ਸਕਦੇ ਹੋ ਉਹਦੇ ਨਾਲ, ਅਤੇ ਪੇਟ ਦੀ ਸਫਾਈ ਕਰੋ। ਇਸ ਦੀ ਵਰਤੋਂ ਕਰੋ ਅਤੇ ਇਸ ਦਾ ਲਾਹਾ ਲਓ। ਥੈਂਕ ਯੂ ਦੋਸਤੋ।